ਐਂਟੀਟੀ ਪ੍ਰੈਸ਼ਰ ਯੂਨੀਅਨ ਦੇ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਆਪਣੇ ਕਈ ਸਾਥੀਆਂ ਦੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਯੂਨੀਅਨ ਦਾ ਅਗਲਾ ਸਟੈਪ ਕੀ ਹੈ ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਨਵੇਂ ਸੀਐਮ ਭਗਵੰਤ ਮਾਨ ਜੀ ਨੇ ਸੌ ਚੁੱਕ ਲੈਣੀ ਹੈ ਆਪਣੀ ਜੋ ਫਰਸਟ ਪ੍ਰੀਫਰੈਂਸ ਹੈ ਉਹਨਾਂ ਨੂੰ ਮਿਲਣ ਦੀ ਹੈ ਜਲਦੀ ਤੋਂ ਜਲਦੀ ਉਹਨਾਂ ਨਾਲ رابطہ ਕਾਇਮ ਕਰਕੇ ਉਹਨਾਂ ਦੇ ਜੋ ਵੀ ਆਪਣੀਆਂ ਮੰਗਾਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਉਸ ਤੋਂ ਬਾਅਦ ਪੂਰਾ ਜੋ ਵੀ ਕੈਬਨਿਟ ਬਣੇਗੀ এডਿਕੇਸ਼ਨ ਮਨਿਸਟਰ ਦੇਖਦੇ ਕੌਣ ਬਣਦਾ ਸੋ ਉਹਨਾਂ ਨਾਲ ਵੀ ਮੀਟਿੰਗ ਜ਼ਰੂਰ ਕੀਤੀ ਜਾਵੇਗੀ ਤੇ ਆਪਣੀਆਂ ਜੋ ਵੀ ਮੰਗਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਕਿਉਂਕਿ ਆਪਣੀਆਂ ਬਹੁਤਿਆ ਤਾਂ ਮੰਗਾਂ ਹੈ ਨਹੀਂ ਜੋ ਵੀ ਆਪਣੀਆਂ ਮੰਗਾਂ ਨੇ ਸਿੱਧੀਆਂ ਤੇ ਸਪਸ਼ਟ ਨੇ ਆਪਣੀ ਇੱਕੋ ਇੱਕ ਮੰਗ ਆ ਕਿ ਐਂਟੀਟੀ 8393 ਦਾ ਜਲਦੀ ਤੋਂ ਜਲਦੀ ਪੇਪਰ ਲੈ ਕੇ ਇਹਨਾਂ ਉੱਤੇ ਨਿਯੁਕਤੀਆਂ ਕਰਵਾਈਆਂ ਜਾਣ ਹੋਰ ਤਾਂ ਆਪਣੀ ਦੂਜੀ ਮੰਗ ਹੀ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਕੋਰਟ ਦਾ ਫੈਸਲਾ ਆਪਣੇ ਹੱਕ ਵਿੱਚ ਆ ਚੁੱਕਿਆ ਹੈ ਹੁਣ ਜਿੱਥੇ ਕਿਤੇ ਵੀ ਪ੍ਰੀ ਪ੍ਰਾਇਮਰੀ ਦੀ ਗੱਲ ਚੱਲੇਗੀ ਜਿੱਥੇ ਕਿਤੇ ਵੀ 8393 ਦੀ ਗੱਲ ਚੱਲੇਗੀ ਉੱਥੇ ਕੋਰਟ ਦਾ ਫੈਸਲਾ ਲਾਗੂ ਕਰਨਾ ਪਵੇਗਾ ਸਰਕਾਰ ਨੂੰ ਲਾਗੂ ਕਰਨਾ ਪਵੇਗਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਉਸ ਤੋਂ ਬਿਨਾ ਪ੍ਰੀ ਪ੍ਰਾਇਮਰੀ ਸਰੇ ਹੀ ਨਹੀਂ ਲੱਗ ਸਕਦੀ ਸੋ ਇੱਕ ਭਰਉਣ ਵਾਲੀ ਗੱਲ ਨਹੀਂ ਕਿਉਂਕਿ ਕਈ ਕਹਿੰਦੇ ਸੀ ਵੀ ਹੋ ਸਕਦਾ ਪ੍ਰੀ ਪ੍ਰਾਇਮਰੀ ਰੁਲ ਜੇ ਜਾਂ ਨਹੀਂ ਐਦਾਂ ਕੁਝ ਨਹੀਂ ਹੋਣ ਲੱਗਾ ਜੋ ਵੀ ਪ੍ਰੀ ਪ੍ਰਾਇਮਰੀ ਦੀ ਕਿਉਂਕਿ ਪ੍ਰੀ ਪ੍ਰਾਇਮਰੀ ਇਹਨਾਂ ਨੂੰ ਕੰਪਲੀਟ ਕਰਨੀ ਹੀ ਪੈਣੀ ਹੈ ਤੁਹਾਨੂੰ ਪਤਾ ਕਿ ਸੈਂਟਰ ਦੀ ਜਿਹੜੀ ਸਕੀਮ ਹੈ ਉਹ ਹਰ ਇੱਕ ਸਟੇਟ ਦੇ ਵਿੱਚ ਲਾਗੂ ਹੋਏਗੀ ਕਰਨਾਟਕਾ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਹੋਰ ਕਈ ਸਟੇਟਾਂ ਦੇ ਵਿੱਚ ਆਲਮੋਸਟ ਜਿਹੜਾ ਕੰਮ ਹੋ ਚੁੱਕਿਆ ਤੇ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਤੁਹਾਨੂੰ ਪਤਾ ਸੋ ਇਹ ਜਿਹੜੀ ਭਾਰਤੀ ਹੈ ਜ਼ਰੂਰ 100% ਪੂਰੀ ਹੋਵੇਗੀ ਤੇ 100% ਪੂਰੀ ਹੋਵੇਗੀ ਕੋਰਟ ਦੇ ਨਿਰਦੇਸ਼ਾਂ ਦੇ ਅਕੋਰਡਿੰਗ ਜੋ ਵੀ ਸਟੇਟਮੈਂਟ ਕੋਰਟ ਦੀ ਆਈ ਹੈ 50% ਫਰੈਸ਼ਰ ਤੇ 50% ਵੋਲੰਟੀਅਰਲੀ ਉਹਦੇ ਅਕੋਰਡਿੰਗ ਹੀ ਇਹ ਪੂਰੀ ਹੋਵੇਗੀ ਇਹ ਪੱਕੀ ਗੱਲ ਤੁਸੀਂ ਮੰਨ ਕੇ ਚੱਲੋ ਇਹ ਤੋਂ ਬਿਨਾ ਪ੍ਰੀ ਪ੍ਰਾਇਮਰੀ ਕੰਪਲੀਟ ਹੋ ਹੀ ਨਹੀਂ ਸਕਦੀ ਸਰਕਾਰ ਦੇ ਧਿਆਨ ਵਿੱਚ ਇਹ ਵੀ ਚੀਜ਼ ਲੈ ਕੇ ਆਉਣੀ ਆ ਸੀ ਵੀ ਜੇ ਪ੍ਰੀ ਪ੍ਰਾਇਮਰੀ ਨਾਲ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ 1 ਵੀ ਪਰਸੈਂਟ ਐਂਟੀਟੀ ਫਰੈਸ਼ਰਸ ਤੱਕ ਘਟਾਇਆ ਗਿਆ ਜਾਂ ਕਿਸੇ ਹੋਰ ਤਰ ਨੂੰ ਇਹਦੇ ਉੱਤੇ ਲਾਇਆ ਗਿਆ ਤਾਂ ਸਾਡੀ ਵਕੀਲ ਸਾਹਿਬ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਵੀ ਇਹਦੇ ਉੱਤੇ ਕੇਸ ਲੱਗੂਗਾ ਕਿਉਂਕਿ ਕੋਰਟ ਦੇ ਜੋ ਵੀ ਸਟੇਟਮੈਂਟ ਹੈ ਕੋਰਟ ਦੇ ਜੋ ਵੀ ਕੋਰਟ ਨੇ ਨਿਰਦੇਸ਼ ਦਿੱਤੇ ਸੀ ਡਿਪਾਰਟਮੈਂਟ ਨੂੰ ਉਹਨਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਕੋਰਟ ਦੀ ਗੱਲ ਤੁਹਾਨੂੰ ਪਤਾ ਹੈ ਕਿ ਹਰ ਇੱਕ ਸਰਕਾਰ ਨੂੰ ਮੰਨਣੀ ਪੈਂਦੀ ਹੈ ਸੋ ਉਸ ਚੀਜ਼ ਨੂੰ ਚੈਲੰਜ 100% ਹੋਊਗਾ ਜੇ ਐਦਾਂ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਕਿ ਐਦਾਂ ਦਾ ਸਰਕਾਰ ਕੋਈ ਨਵੀਂ ਸਰਕਾਰ ਐਦਾਂ ਦਾ ਕੋਈ ਸਟੈਪ ਚੱਕੇਗੀ ਜਾਣਬੁੱਝ ਕੇ ਇਸ ਪੰਗੇ ਵਿੱਚ ਪਾਊਗੀ ਸੋ ਜਲਦੀ ਤੋਂ ਜਲਦੀ ਜਿਹੜੀ ਪ੍ਰੀ ਪ੍ਰਾਇਮਰੀ ਆ ਉਹ ਕੋਰਟ ਦੇ ਸਟੇਟਮੈਂਟ ਦੇ ਅਕੋਰਡਿੰਗ ਉਹ ਜਲਦੀ ਤੋਂ ਜਲਦੀ ਪੂਰੀ ਹੋਵੇਗੀ ਜੇ ਸਰਕਾਰ ਨੇ ਐਦਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਸਾਡਾ ਬਣਦਾ ਹੱਕ ਨਾ ਮਿਲਿਆ ਤਾਂ ਅਸੀਂ ਹਾਈ ਕੋਰਟ ਰਿਸਤਾ ਇਸ ਚੀਜ਼ ਨੂੰ ਚੈਲੰਜ ਕਰਾਂਗੇ ਹੀ ਕਰਾਂਗੇ ਨਾਲ ਅਸੀਂ ਸੁਪਰੀਮ ਕੋਰਟ ਵਿੱਚ ਜਾਣ ਨੂੰ ਵੀ ਤਿਆਰ ਹਾਂ ਕਿਉਂਕਿ ਕਿਤੇ ਨਹੀਂ ਲਿਖਿਆ ਹੋਇਆ ਕਿ ਜੋ ਵੀ ਹੁਣ ਤੱਕ ਭਰਤੀਆਂ ਹੋਈਆਂ ਉਹਨਾਂ ਦੀ 50-50% ਜਿਹੜੀ ਆ ਤੁਸੀਂ ਉਹਨਾਂ ਨੂੰ ਡਿਵਾਈਡ ਕਰ ਦੋ ਚਲੋ ਫਿਰ ਵੀ ਅਸੀਂ ਇਹ ਸੋਚਿਆ ਵੀ ਕੋਈ ਗੱਲ ਨਹੀਂ ਟਾਈਮ ਪਹਿਲਾਂ ਹੀ ਬਹੁਤ ਵੇਸਟ ਹੋ ਚੁੱਕਿਆ ਹੈ ਉਸ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਸੀਂ ਇਹ ਫੈਸਲਾ ਲਿਆ ਸੀ ਕਿ ਕੋਈ ਗੱਲ ਨਹੀਂ ਜੇ 50% ਮਿਲ ਗਈ ਉਹਦੇ ਲਈ ਹੀ ਅਸੀਂ ਜਿਹੜੀ ਹੈਗੀ ਆਪਣੀ ਲੜਾਈ ਲੜਾਂਗੇ ਤੇ ਪੇਪਰ ਦਵਾਂਗੇ ਪਰ ਜੇ ਕੋਈ ਹੁਣ ਵੀ ਕੋਈ ਐਦਾਂ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਹੱਕ ਖੋਇਆ ਜਾ ਰਿਹਾ ਤਾਂ ਅਸੀਂ ਸੁਪਰੀਮ ਕੋਰਟ ਵਿੱਚ ਸਾਡੀ ਤਿਆਰੀ ਸੀ ਉਦੋਂ ਵੀ ਤੇ ਹੁਣ ਅਸੀਂ ਉਹ ਤਿਆਰੀ ਨੂੰ ਉਦੋਂ ਤੋਂ ਹੀ ਕੰਟੀਨਿਊ ਕਰ ਦੇਣਾ ਤੇ ਫਿਰ ਇਹ ਨਾ ਹੋਵੇ ਕਿ 50% ਦੀ ਜਗ੍ਹਾ 100% ਹੀ ਓਪਨ ਭਰਤੀ ਹੋ ਜਵੇ ਇਹ ਜਿਹਦੇ 100% ਚਾਂਸ ਨੇ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਇਹ ਚੀਜ਼ ਨੂੰ ਚੈਲੰਜ ਹੋਇਆ ਤਾਂ ਹੋ ਵੀ ਜਾਏਗੀ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਜੇ ਤੱਕ ਭਰਤੀਆਂ ਹੋਈਆਂ ਨਹੀਂ ਸੋ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਐਂਟੀਟੀਜ਼ ਦਾ ਜਿਹੜਾ ਪੇਪਰ ਹੈ ਉਹ ਦੇ ਦਿੱਤਾ ਜਾਵੇ ਸਰਕਾਰ ਦੇ ਅੱਗੇ ਡਿਮਾਂਡ ਰੱਖੀ ਜਾਵੇ ਕਿ ਸਾਡਾ ਜਿਹੜਾ ਪੇਪਰ ਜਲਦੀ ਤੋਂ ਜਲਦੀ ਲਿਆ ਜਾਵੇ ਜੇ ਸਰਕਾਰ ਕੋਈ ਵੀ ਛੇੜਖਾਨੀ ਕਰਦੀ ਹੈ ਪ੍ਰੀ ਪ੍ਰਾਇਮਰੀ ਨਾਲ ਜਾਂ ਫਰੈਸ਼ਰਸ ਨਾਲ ਤਾਂ ਉਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਹੈ ਤੇ ਇਹ ਚੀਜ਼ਾਂ ਹਾਈ ਕੋਰਟ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਇਹ ਚੀਜ਼ ਨੂੰ ਲੈ ਕੇ ਜਾਵਾਂਗੇ ਜੇ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਕਿਸੇ ਹੋਰ ਧਿਰ ਨੂੰ ਦਿੱਤੀਆਂ ਜਾਂ ਫਿਰ ਫਿਰ ਸਾਡਾ ਹੱਕ ਮਾਰਿਆ ਫਿਰ ਵੀ ਅਸੀਂ ਇਸ ਚੀਜ਼ ਨੂੰ ਚੈਲੰਜ ਕਰਾਂਗੇ ਤੇ ਦੂਸਰੀ ਗੱਲ ਜਿਹੜੇ ਵੀ ਐਂਟੀਟੀ ਫਰੈਸ਼ਰ ਨਵੇਂ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ WhatsApp ਗਰੁੱਪ ਬਣ ਚੁੱਕਿਆ ਸੋ ਉਹਨੂੰ ਜੁਆਇਨ ਕਰੋ ਕਿਉਂਕਿ ਬਹੁਤ ਸਾਰੇ ਨਵੇਂ ਐਂਟੀਟੀ ਦੇ ਮੈਂਬਰਸ ਨੇ ਕੈਂਡੀਡੇਟਸ ਨੂੰ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਵੀ ਰਹਿੰਦੇ ਨੇ ਉਹ ਸਾਡੇ ਨਾਲ ਜੁੜੋ ਕਿਉਂਕਿ ਅੱਗੇ ਨਾਲ ਆਪਣੀ ਸਟਰੈਂਥ ਬਹੁਤ ਜ਼ਿਆਦਾ ਵਧ ਚੁੱਕੀ ਹੈ ਤੇ ਜੇ ਆਪਣੇ ਮੀਟਿੰਗ ਤੋਂ ਬਾਅਦ ਇੱਕ ਸਾਂਝਾ ਮੈਸੇਜ ਸਭ ਨੂੰ ਸ਼ੇਰ ਕਰ ਦਿੱਤਾ ਜਾਊਗਾ ਜਿਸ ਦੇ ਵਿੱਚ ਨੈਕਸਟ ਜਿਹੜਾ ਐਕਸ਼ਨ ਆ ਉਹ ਕਰਨ ਦੀ ਤਿਆਰੀ ਕਰਾਂਗੇ ਫਿਲਹਾਲ ਉਦੋਂ ਤੱਕ ਸਾਰੇ ਤਿਆਰ ਬਰ ਤਿਆਰ ਰਹੋ ਕਦੇ ਵੀ ਤੁਹਾਨੂੰ ਮੈਸੇਜ ਆ ਸਕਦਾ ਤੇ ਜਿੱਥੇ ਵੀ ਟਾਈਮ ਤੇ ਪਲੇਸ ਤੁਹਾਨੂੰ ਦੱਸਾਂਗੇ ਉੱਥੇ ਤੁਸੀਂ ਸਭ ਨੇ ਪਹੁੰਚਣਾ ਸੋ ਅਖੀਰ ਵਿੱਚ ਮੈਂ ਤਾਂ ਇਹੀ ਕਹਿਣਾ ਕਿ ਪਹਿਲਾਂ ਵੀ ਤੁਸੀਂ ਐਡੇ ਵੱਡੇ ਚੈਲੰਜ ਨੂੰ ਅਸੈਪਟ ਕਰਕੇ ਉਹਨੂੰ ਜਿੱਤ ਕੇ ਦਿਖਾਇਆ ਤੇ ਹੁਣ ਆਪਣਾ ਮੇਨ ਜਿਹੜਾ ਕੰਮ ਸੀ ਪੱਕੇ ਪੱਕੀ ਸਟੇਟਮੈਂਟ ਆਪਾਂ ਨੂੰ ਹਾਈ ਕੋਰਟ ਵੱਲੋਂ ਮਿਲ ਚੁੱਕੀ ਐ ਸੋ ਅੱਗੇ ਨੂੰ ਵੀ ਜੇ ਕੋਈ ਏਦਾਂ ਦੀ ਗੱਲ ਹੁੰਦੀ ਆ ਤਾਂ ਅਸੀਂ ਉਸ ਚੀਜ਼ ਨੂੰ ਚੈਲੰਜ ਕਰਾਂਗੇ 100% ਚੈਲੰਜ ਕਰਾਂਗੇ ਤੇ ਸਰਕਾਰ ਨੂੰ ਵੱਧ ਤੋਂ ਵੱਧ ਆਪਣੇ ਜੋ ਐਮ ਐਲ ਏ ਜੀ ਨੂੰ ਮਿਲਿਆ ਜਾਵੇ ਤੇ ਸਾਡੀ ਵੀ ਕੋਸ਼ਿਸ਼ ਇਹੀ ਆ ਯੂਨੀਅਨ ਦੀ ਕਿ ਸੀ ਐਮ ਨੂੰ ਮਿਲਿਆ ਜਾਵੇ ਜਾਂ ਫਿਰ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਸ ਤੋਂ ਬਾਅਦ ਐਜੂਕੇਸ਼ਨ ਮਿਨਿਸਟਰ ਜੀ ਨਾਲ ਗੱਲ ਕੀਤੀ ਜਾਵੇ ਤੇ ਆਪਣੀ ਜਿਹੜੀ ਮੰਗਾਂ ਰੱਖੀਆਂ ਜਾਣ ਸਿੱਧੀਆਂ ਤੇ ਸਪਸ਼ਟ ਆਪਣੀਆਂ ਮੰਗਾਂ ਕੋਈ 10-15 ਮੰਗਾਂ ਨਹੀਂ ਇੱਕੋ ਇੱਕ ਮੰਗਾਂ ਬਣੀ ਪੇਪਰ ਲਓ ਤੇ ਜੁਆਇਨਿੰਗ ਕਰਵਾਓ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਐਂਟੀਟੀ ਨਵੇਂ ਜਿਹੜੇ ਹੈਗੇ ਕੈਂਡੀਡੇਟ ਉਹਨਾਂ ਨੂੰ ਜੋੜੋ ਆਪਣੇ ਨਾਲ ਤੇ ਬਾਕੀ ਜੋ ਵੀ ਨੈਕਸਟ ਪਲਾਨ ਆ ਉਹ ਤੁਹਾਨੂੰ ਜਲਦੀ ਤੇ ਜਲਦੀ ਗਰੁੱਪਾਂ ਵਿੱਚ ਪਾ ਦਿੱਤਾ ਜਾਊਗਾ ਬਹੁਤ-ਬਹੁਤ ਧੰਨਵਾਦ ਥੈਂਕ ਯੂ